ਚੈਨਲ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਉਪਾਸਨਾ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਉਪਾਸਨਾ ਜੀ ਸਾਨੂੰ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ? ਮੈਂ ਰਹਿਣ ਵਾਲੀ ਹਾਂ ਪੰਜਾਬ ਦੀ ਔਰ ਉੱਥੇ ਇੱਕ ਸ਼ਹਿਰ ਹੈ ਹੁਸ਼ਿਆਰਪੁਰ ਜਿੱਥੇ ਮੈਂ ਪੈਦਾ ਹੋਈ ਸੀ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਮੈਨੂੰ ਕੋਈ ਪੁੱਛਦਾ ਹੈ ਕਿ ਤੈਨੂੰ ਦੁਨੀਆ 'ਚ ਸਭ ਤੋਂ ਜ਼ਿਆਦਾ ਅੱਛੀ ਜਗ੍ਹਾ ਕਿਹੜੀ ਲੱਗਦੀ ਹੈ ਤਾਂ ਮੈਂ ਕਹਿੰਨੀ ਪੰਜਾਬ ਔਰ ਹੁਸ਼ਿਆਰਪੁਰ। ਤਾਂ ਤੁਸੀਂ ਬਹੁਤ ਹੁਸ਼ਿਆਰ ਵੀ ਹੋ ਹਾਂ ਹਾਂ ਜੀ ਜਹਾਜ਼ ਤੁਹਾਡੇ ਇੱਥੇ ਵੀ ਬਹੁਤ ਪਰੇਸ਼ਾਨ ਕਰਦੇ ਨੇឧបਸਨਾ ਜੀ ਹਾਂ ਇੱਥੇ ਸ਼ੂਟਿੰਗ ਹੋ ਰਹੀ ਹੈ ਨਾ ਤਾਂ ਜਹਾਜ਼ ਜਾਂਦੇ ਰਹਿੰਦੇ ਥੋੜੇ ਥੋੜੇ ਟਾਈਮ ਬਾਅਦ ឧបਸਨਾ ਜੀ ਤੁਹਾਡੀ ਅਮੋਡਲੀ ਪਰਵਰਿਸ਼ ਔਰ ਸਿੱਖਿਆ ਕਿੱਥੇ ਹੋਈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਹੁਸ਼ਿਆਰਪੁਰ ਪੈਦਾ ਹੋਈ ਔਰ ਮੈਂ ਆਪਣੀ ਜਿਹੜੀ ਬੀਏ ਤੱਕ ਦੀ ਸਟੱਡੀ ਸੀ ਮੈਂ ਹੁਸ਼ਿਆਰਪੁਰ ਕਮਨਟ ਕਾਲਜ ਕੀਤੀ ਪਹਿਲਾਂ ਉੱਥੇ ਮੈਂ ਜਦੋਂ ਮੈਂ ਸਕੂਲ 'ਚ ਸੀ ਤਾਂ ਮੈਂ ਤੁਹਾਨੂੰ ਦੱਸਣਾ ਕਿ ਇੱਥੋਂ ਜਲੰਧਰ ਬਹੁਤ ਨਜ਼ਦੀਕ ਹੈ ਹੁਸ਼ਿਆਰਪੁਰ ਤੋਂ ਜਿੱਦਾਂ 45 ਮਿੰਟਸ ਦਾ ਰਸਤਾ ਹੈਗਾ ਤਾਂ ਮੈਂ ਜਲੰਧਰ ਦੂਰਦਰਸ਼ਨ 'ਚ ਜਾਂਦੀ ਹੁੰਦੀ ਸੀ ਔਰ ਜਦੋਂ ਮੈਂ ਬਹੁਤ ਛੋਟੀ ਸੀ ਉਦੋਂ ਮੈਂ ਬੱਚਿਆਂ ਦੇ ਰੋਲ ਕਰਨੇ ਸ਼ਟਾਰਟ ਕਰਦੇ ਸੀ ਮਤਲਬ ਮੈਂ ਜਦੋਂ 7-8 ਸਾਲ ਦੀ ਉਮਰ ਦੀ ਸੀ ਉਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਔਰ ਉੱਥੇ ਹੀ ਮੈਂ ਇਹ ਵੀ ਸਿੱਖ ਜਾਂਦੀ ਸੀ ਡਾਂਸ ਕਲਾਸਿਕਲ ਡਾਂਸ ਕਿਉਂਕਿ ਹੁਸ਼ਿਆਰਪੁਰ 'ਚ ਕੋਈ ਕਲਾਸਿਕਲ ਨਹੀਂ ਸਿਖਾਂਦਾ ਸੀ ਮੈਂ 6 ਸਾਲ ਤੱਕ ਕਲਾਸਿਕਲ ਵੀ ਸਿੱਖਿਆ ਔਰ ਜਦੋਂ ਮੈਂ ਸਕੂਲ ਚ ਪੜ੍ਹਦੀ ਸੀ ਤਾਂ ਮੈਂ ਸਾਰੇ ਜਿੰਨੇ ਵੀ ਸਕੂਲ ਦੇ ਕਲਚਰਲ ਪ੍ਰੋਗਰਾਮ ਹੁੰਦੇ ਸੀਗੇ ਉਹਨਾਂ ਚ ਪਾਰਟਿਸਪੇਟ ਕਰਦੀ ਸੀ ਔਰ ਉਹਨਾਂ ਚ ਮੈਂ ਫਰਸਟ ਆਂਦੀ ਸੀ ਮੈਂ ਪੜਾਈ ਚ ਨਹੀਂ ਅੱਛੀ ਨਹੀਂ ਸੀ ਮਤਲਬ ਮੈਨੂੰ ਪੜਨ ਚ ਕੋਈ ਖਾਸ ਇੰਟਰਸਟ ਨਹੀਂ ਸੀ ਪਰ ਮੈਂ ਜਿਹੜੇ ਦੂਸਰੇ ਜਿੱਦਾਂ ਡਾਂਸ, ਸਿੰਪੋਜ਼ੀਅਮ, ਡਿਬੇਟ ਔਰ ਡਰਾਮਾ ਇਹਦੇ ਚ ਮੈਨੂੰ ਕਾਫੀ ਇੰਟਰਸਟ ਸੀ ਡਰਾਮਸ ਵਗੈਰਾ ਮਤਲਬ ਸਕੂਲ ਟਾਈਮ ਤੋਂ ਹੀ ਤੁਸੀਂ ਸ਼ੁਰੂ ਕੀਤਾ ਹੋਇਆ ਸੀਗਾ ਹਾਂਜੀ ਫਿਲਮ ਲਾਈਨ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਕੋਈ ਟ੍ਰੇਨਿੰਗ ਵਗੈਰਾ ਨਹੀਂ ਲਈ ਜਾਂ ਤੁਸੀਂ ਰੈਗੂਲਰ ਥੀਏਟਰ ਨਹੀਂ ਕੀਤਾ ਨਹੀਂ ਮੇਰਾ ਤਾਂ ਬਚਪਨ ਹੀ ਮੇਰਾ ਖਿਆਲ ਟ੍ਰੇਨਿੰਗ ਚ ਬੀਤਿਆ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਡਾਂਸ ਸਿੱਖਿਆ ਜਦੋਂ ਮੈਂ 7 ਸਾਲ ਦੀ ਉਮਰ ਦੀ ਸੀ ਔਰ ਮੈਨੂੰ ਜਿੱਦਾਂ ਕਈ ਐਕਟਰਸ ਨੂੰ ਕਿਹਾ ਜਾਂਦਾ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਸੀਗੇ ਔਰ ਤੁਸੀਂ ਕੀ ਬਣਗੇ ਤਾਂ ਐਕਟਰਸ ਕਹਿੰਦੇ ਕਿ ਸਾਨੂੰ ਤਾਂ ਕੋਈ ਇੰਟਰਸਟ ਹੀ ਨਹੀਂ ਸੀ ਅਸਤਾ ਅਚਾਨਕ ਇਸ ਲਾਈਨ 'ਚ ਆ ਗਏ ਪਰ ਮੇਰੇ ਨਾਲ ਇਦਾਂ ਨਹੀਂ ਹੈ ਜਦੋਂ ਮੈਨੂੰ ਸਕੂਲ 'ਚ ਕੋਈ ਪੁੱਛਦਾ ਹੁੰਦਾ ਸੀ ਕਿ ਉਪਾਸਨਾ ਤੂੰ ਕੀ ਬਨੂਗੀ ਜਿੱਦਾਂ ਟੀਚਰਸ ਜਾਂ ਸਟੂਡੈਂਟਸ ਪੁੱਛਦੇ ਆਂ ਤਾਂ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਮੈਂ ਐਕਟ੍ਰੈਸ ਬਣੂੰਗੀ ਔਰ ਜੇ ਕੋਈ ਬੱਚਾ ਹੁਸ਼ਿਆਰਪੁਰ ਵਰਗੀ ਜਗ੍ਹਾ 'ਚ ਇਹ ਕਵੇ ਕਿ ਮੈਂ ਐਕਟ੍ਰੈਸ ਬਣੂੰਗਾ ਤਾਂ ਉਹਨੂੰ ਬੜੇ ਅਜੀਬ ਨਜ਼ਰਾਨਾ ਦੇਖਿਆ ਜਾਂਦਾ ਮਤਲਬ ਲੋਕ ਮਜ਼ਾਕ ਹੁਣਦੇ ਕਿ ਅਰੇ ਇਹ ਐਕਟ੍ਰੈਸ ਬਣੂਗੀ ਮਤਲਬ ਐਕਟ੍ਰੈਸ ਹੋਣਾ ਲਾਦਾ ਕੋਈ ਮਤਲਬ ਅਸਮਾਨ ਤੋਂ ਉਤਰੀ ਹੋਈ ਪਰੀ ਹੋਣੀ ਚਾਹੀਦੀ ਹੈ ਉੱਥੇ ਇਦਾਂ ਨਹੀਂ ਵੈਸੇ ਤੁਸੀਂ ਪਰੀ ਤੋਂ ਘੱਟ ਤਾਂ ਵੈਸੇ ਹੋਈ ਨਹੀਂ ਤੁਸੀਂ ਨਹੀਂ ਪਰ ਉੱਥੇ ਲੋਕਾਂ ਨੇ ਸ਼ਰਤਾਂ ਵੀ ਲਗਾਈਆਂ ਸੀ ਕਿ ਉਪਾਸਨਾ ਕਰੀ ਐਕਟ੍ਰੈਸ ਨਹੀਂ ਬਣ ਸਕਦੀ ਅੱਛਾ ਇਹ ਦੋ ਦੇਖ ਰਹੇ ਹੁਣ ਕੇ ਤਾਂ ਮੇਰੀ ਮਦਰ ਮੈਨੂੰ ਦੱਸਦੇ ਸੀ ਕਿ ਸਾਡੇ ਪੜੋਸੀਆਂ ਨੇ ਸ਼ਰਤਾਂ ਲਗਾਈਆਂ ਸੀ ਕਿ ਪਾਸਨਾ ਐਕਟਰਸ ਬਣੂਗੀ ਅਦਾ ਕਦੀ ਹੋਈ ਨਹੀਂ ਸਕਦਾ ਮਤਲਬ ਉਹਨਾਂ ਨੂੰ ਲੱਗਦਾ ਕਿ ਇੱਕ ਨਾਰਮਲ ਲੜਕੀ ਜਿੱਦਾਂ ਅਸਲ 'ਚ ਕੀ ਹੈ ਐਕਟਰ ਸਾਰੇ ਪਰਸਨਲ ਲਾਈਫ 'ਚ ਤਾਂ ਮਤਲਬ ਇਨਸਾਨ ਹੈ ਨਾ ਉਹ ਵੀ ਨਾਰਮਲੀ ਹੁੰਦੇ ਹਨ ਤਾਂ ਇਦਾਂ ਨਹੀਂ ਕਿਹਾ ਜਾ ਸਕਦਾ ਕਿ ਕੋਈ ਕੀ ਬਣ ਸਕਦਾ ਹੈ ਜਾਂ ਕੀ ਨਹੀਂ ਬਣ ਸਕਦਾ ਪਰ ਮੈਂ ਇਦਾਂ ਕਹਿੰਦੀ ਕਿ ਜੇ ਕਿਸੇ ਨੂੰ ਬਹੁਤ ਜ਼ਿਆਦਾ ਲਗਨ ਹੋਵੇ ਔਰ ਉਹਦੇ ਪੇਰੈਂਟਸ ਉਹਨੂੰ ਸਪੋਰਟ ਕਰਦੇ ਹੋਣ ਔਰ ਪਰਮਾਤਮਾ ਸਾਥ ਦੇਵੇ ਤਾਂ ਉਹ ਸਭ ਕੁਝ ਕਰ ਸਕਦਾ ਹੈ। ਅੱਛਾ ਯਾਨੀ ਕਿ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪੂਰਾ ਫੁੱਲ ਸਪੋਰਟ ਕੀਤਾ ਇਸ ਲਾਈਨ ਵਿੱਚ ਆਉਣ ਵਾਸਤੇ। ਹਾਂ ਮੇਰਾ ਕੋਈ ਗੋਡਫਾਦਰ ਨਹੀਂ ਹੈ ਸ਼ਿਵਿੰਦਰ ਜੀ ਇਸ ਲਾਈਨ ਜਿਵੇਂ ਕੀ ਕਹਿੰਦੇ ਕੀ ਇੰਡਸਟਰੀ ਚ ਜਾਓ ਤਾਂ ਕੋਈ ਤੁਹਾਡੀ ਹੈਲਪ ਕਰਦਾ ਪਰ ਮੇਰੀ ਕਦੀ ਕਿਸੇ ਨੇ ਹੈਲਪ ਨਹੀਂ ਕੀਤੀ ਔਰ ਮੈਂ ਤਾਂ ਜਦੋਂ ਇੰਡਸਟਰੀ ਚ ਆਈ ਸੀ ਮੈਂ ਐਕਸਪੋਰਟ ਬாய் ਤੱਕ ਨੂੰ ਨਹੀਂ ਜਾਣਦੀ ਸੀ। ਅੱਛਾ ਫਿਰ ਮੇਰੇ ਪੇਰੈਂਟਸ ਹੀ ਸੀਗੇ ਜਿਨ੍ਹਾਂ ਨੇ ਮੇਰੇ ਤੇ ਪੂਰਾ ਯਕੀਨ ਰੱਖਿਆ ਮੇਰੇ ਫਾਦਰ ਮੇਰੀ ਮਦਰ ਔਰ ਮੇਰੀ ਸਿਸਟਰ ਨੇ ਬਹੁਤ ਸੈਕਰੀਫਾਈਸ ਕੀਤਾ ਮਤਲਬ ਉਹ ਆਪਣੀ ਸਟੱਡੀ ਦੇ ਨਾਲ ਨਾਲ ਮੇਰੇ ਕੋਲ ਰਹਿੰਦੀ ਰਹੀ ਹਾਂਜੀ ਔਰ ਮੈਂ ਅੱਜ ਜੋ ਵੀ ਹਾਂ ਮੈਂ ਆਪਣੇ ਪੇਰੈਂਟਸ ਦੀ ਵਜ੍ਹਾ ਨਾਲ ਹਾਂ ਔਰ ਪਰਮਾਤਮਾ ਦੀ ਵਜ੍ਹਾ ਨਾਲ ਉਪਾਸਨਾ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਬਚਪਨ ਤੋਂ ਹੀ ਸ਼ੌਕ ਸੀ ਡਾਂਸ ਦਾ ਵੀ ਤੁਸੀਂ ਡਰਾਮੇ ਵੀ ਕਰਦੇ ਸੀਗੇ ਫਿਰ ਇਹ ਫਿਲਮ ਲਾਈਨ ਵਿੱਚ ਆਉਣ ਦਾ ਸਬਬ ਕਿਵੇਂ ਬਣਿਆ ਅ ਜਦੋਂ ਮੈਂ ਸਟੱਡੀ ਕਰ ਰਹੀ ਸੀ ਤਾਂ ਮੈਂ ਆਪਣੀ ਮੰਮੀ ਨੂੰ ਕਹਿੰਦੀ ਸੀ ਕਿ ਤੁਸੀਂ ਮੈਨੂੰ ਪੜ੍ਹਾਉਂਦੇ ਕਿਉਂ ਤੁਹਾਨੂੰ ਮੈਨੂੰ ਬੰਬੇ ਭੇਜ ਦੇਣਾ ਚਾਹੀਦਾ ਹੈ ਜਦੋਂ ਮੈਂ 10th ਕੀਤੀ ਮੈਂ ਆਪਣੀ ਮਦਰ ਨੂੰ ਕਿਹਾ ਮੈਨੂੰ ਬੰਬੇ ਭੇਜ ਦਿਓ ਕਿਉਂਕਿ ਮੈਂ ਬਿਲਕੁਲ ਇੰਟਰਸਟਿਡ ਨਹੀਂ ਐਥੇ ਰੈਂਚ ਮੈਂ ਐਕਟਰਸ ਬੰਨਾ ਉਹਨਾਂ ਨੇ ਕਿਹਾ ਨਹੀਂ ਤਨੂ ਇਦਾਂ ਕਰ ਤਨੂ ਸਾਡੇ ਘਰ ਚ ਇੰਨੇ ਸਭ ਲੋਕ ਪੜ੍ਹੇ ਲਿਖੇ ਤਨੂ ਬੀਏ ਤੱਕ ਕਰ ਤੋ ਕਰ ਪੜਨਾ ਚਾਹੀਦਾ ਅੱਛਾ ਫਿਰ ਮੈਂ ਬੜੀ ਮੁਸ਼ਕਿਲ ਨਾਲ ਖੈਰ ਮੇਰੇ ਪਸੰਦ ਦੇ ਸਬਜੈਕਟ ਡਾਂਸ 뮤직 ਔਰ ਪੇਂਟਿੰਗ ਮੇਰੇ ਸਭ ਰੱਖੇ ਹੀ ਰੱਖੇ ਨੇ ਹਾਂ ਮਤਲਬ ਇਹ ਸਬਜੈਕਟ ਰੱਖ ਕੇ ਮੈਂ ਵੀ ਇੱਕ ਔਰ ਫਿਰ ਮੈਂ ਆਪਣੇ ਮੰਮੀ ਨੂੰ ਕਿਹਾ ਕਿ ਹੁਣ ਰਿਜ਼ਲਟ ਵੀ ਨਹੀਂ ਆਊਗਾ ਔਰ ਮੈਂ ਬੰਬੇ ਚਲੀ ਜਾਊਂਗੀ ਔਰ ਮੈਂ ਸੱਚੀ ਆ ਗਈ ਬੰਬੇ ਔਰ ਜਦੋਂ ਮੈਂ ਬੰਬੇ ਆਈ ਉਦੋਂ ਮੇਰਾ ਰਿਜ਼ਲਟ ਆਇਆ ਔਰ ਮੈਂ ਬਹੁਤ ਲੱਕੀ ਹੈ ਮਤਲਬ ਬਹੁਤ ਜ਼ਿਆਦਾ ਮੈਂ ਸਮਝਦੀ ਹੈ ਪਰਮਾਤਮਾ ਦੀ ਮੇਰੇ ਤੇ ਮਿਹਰ ਹੈ ਕਿ ਪੰਜਾਂ 6 ਦਿਨ ਬਾਅਦ ਹੀ ਮੈਨੂੰ ਕੰਮ ਮਿਲ ਗਿਆ ਸੀ ਇੰਡਸਟਰੀ ਚ ਜਾਣ ਤੋਂ ਬਾਅਦ ਮਤਲਬ ਜਦੋਂ ਤੁਸੀਂ ਪਹਿਲਾ ਪੈਰ ਬੰਬੇ ਚ ਰੱਖਿਆ ਕਿਉਂਕਿ ਇਸ ਤੋਂ ਪਹਿਲਾਂ ਤਾਂ ਬੰਬੇ ਤੁਸੀਂ ਮੇਰਾ ਖਿਆਲ ਫਿਲਮਾਂ 'ਚ ਜ਼ਰੂਰ ਦੇਖਿਆ ਹੋਣਾ ਹਾਂ ਮੈਂ ਕਦੀ ਨਹੀਂ ਜਿਵੇਂ ਅਕਸਰ ਦੇਖਦੇ ਨੇ ਦਰਸ਼ਕ ਵੀ ਪਹਿਲੇ ਪੈਰ ਰੱਖਣ ਦੇ ਨਾਲ ਤੁਸੀਂ ਕੀ ਮਹਿਸੂਸ ਕੀਤਾ ਕਿ ਦਿਸ ਇਜ਼ ਬੰਬੇ ਕੇ ਮੈਂ ਇੱਥੇ ਆਈ ਹਾਂ ਇਸ ਬੰਡ ਵਾਸਤੇ ਮੈਂ ਜਦੋਂ ਬੰਬੇ ਆਈ ਮੈਨੂੰ ਇਦਾਂ ਲੱਗਾ ਕਿ ਮੈਂ ਕਿਹੜੀ ਦੁਨੀਆ 'ਚ ਆ ਗਈ ਮੀਨਜ਼ ਇੱਕ ਬਹੁਤ ਹੀ ਸੈਕਿਉਰਡ ਰੈਨ ਵਾਲੀ ਕੁੜੀ ਜਿੱਥੇ ਕਿ ਮੇਰੀ ਮਦਰ ਮੈਨੂੰ ਸੈਟਰਡੇ ਸੰਡੇ ਜਦੋਂ ਮੈਂ ਹਸਟੇਜ ਪੜਦੀ ਸੀ ਤੁਹਾਨੂੰ ਮੈਂ ਬੜੀ ਦਿਲਚਸਪ ਗੱਲ ਦੱਸਦੀ ਕਿ ਮੈਨੂੰ ਬਾਲ ਨਹੀਂ ਨਾਣੇ ਆਂਦੇ ਸੀ ਮੇਰੇ ਬਾਲ ਇੰਨੇ ਲੰਬੇ ਹੁੰਦੇ ਸੀ ਕਾਫੀ ਮਤਲਬ ਔਰ ਮੈਂ ਅਚੀ ਤਰ੍ਹਾਂ ਵੀ ਨਾਪ ਪਾਂਦੀ ਸੀ ਮਤਲਬ ਇਹ ਨਹੀਂ ਮੈਂ ਕਹੂੰਗੀ ਕਿ ਮੈਨੂੰ ਇੰਨੇ ਜ਼ਬਰਦਸਤ ਲਾਰਜ ਪਿਆਰ ਨਾਲ ਪਾਲਿਆ ਗਿਆ ਕਿ ਮੈਂ ਕਦੀ ਆਪਣੀ ਸੌਕਸ ਵੀ ਚੁੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਰੱਖੀ ਸੀ ਤੇ ਜਦੋਂ ਸੈਟਰਡੇ ਸੰਡੇ ਹੁੰਦਾ ਸੀ ਤਾਂ ਮੇਰੀ ਮਦਰ ਚੰਡੀਗੜ੍ਹ ਮੈਨੂੰ ਸਪੈਸ਼ਲੀ ਮੇਰੇ ਵਾਲ ਨਹਲਾਣ ਲਈ ਆਂਦੇ ਹੁੰਦੇ ਸੀ ਅੱਛਾ ਹਾਂ ਤੇ ਇੱਕ ਐਸਾ ਇਨਸਾਨ ਜਿਸ ਨੂੰ ਇੰਨੀ ਮਤਲਬ ਘਰਿਆਂ ਦਾ ਪਿਆਰ ਮਿਲਿਆ ਹੋਵੇ ਔਰ ਉਹ ਬਹੁਤ ਇੱਕ ਛੋਟੀ ਜਗ੍ਹਾ ਚ ਰਿਹਾ ਹੋਵੇ ਉਹ ਜਦੋਂ ਬੰਬੇ ਵਰਗੀ ਜਗ੍ਹਾ ਚ ਆ ਜਾਂਦਾ ਹੈ ਉੱਥੇ ਮੈਨੂੰ ਲੱਗਦਾ ਸੀ ਐਕਟਰਸ ਬਣਾਂ ਬੜਾ ਆਸਾਨ ਹੈ ਔਰ ਇਦਾਂ ਕਿ ਤੁਸੀਂ ਜਾਉਂਗੇ ਔਰ ਤੁਹਾਡੇ ਗਲੇ 'ਚ ਕੋਈ ਹਾਰ ਪਾ ਕੇ ਕਹੋਗੇ ਚਲੋ ਜੀ ਤੁਹਾਡੀ ਫਿਲਮ ਤਿਆਰ ਹੈ ਪਰ ਇਦਾਂ ਦੀ ਗੱਲ ਨਹੀਂ ਸੀ ਔਰ ਮੈਨੂੰ ਲੱਗਾ ਕਿ ਇਹ ਤਾਂ ਬਹੁਤ ਡੇਂਜਰਸ ਜਗ੍ਹਾ ਹੈ ਮੈਂ ਦੇ ਕਾਬਿਲ ਨਹੀਂ ਸ਼ਾਇਦ ਪਰ ਪਰ ਮੈਂ ਤਨਹੀ बार-बार रिपीट ਕਰ ਰਹੀ ਹਾਂ ਪਰ ਮੈਂ ਜਿਹੜੇ ਵੀ ਲੋਕਾਂ ਨੂੰ ਮਿਲੀ ਉਹ ਥੋੜੇ ਦਿਨਾਂ ਦੇ ਦੌਰਾਨ ਔਰ ਹਰ ਇੱਕ ਬੰਦੇ ਨੇ ਮੈਨੂੰ ਸਿਲੈਕਟ ਕੀਤਾ ਆਪਣੀ ਫਿਲਮ ਲਈ ਜਦੋਂ ਤੁਸੀਂ ਇਹ ਫਿਲਮ ਕੀਤੀ ਉਸ ਤੋਂ ਬਾਅਦ ਤੁਸੀਂ ਦੱਸਿਆ ਸੂਪਰ ਡੋਪਰ ਹਿੱਟ ਹੋ ਗਈ ਤੇ ਫਿਰ ਰਾਜਸਥਾਨੀ ਫਿਲਮਾਂ ਦੀ ਲਾਈਨ ਲੱਗੀ ਆ ਫਿਰ ਉਸ ਤੋਂ ਬਾਅਦ ਨਾਲ ਹੀ ਹਿੰਦੀ ਫਿਲਮਾਂ ਚਾਹੇ ਤੁਸੀਂ ਮੈਂ ਪਹਿਲੀ ਰਾਜਸਥਾਨੀ ਫਿਲਮ ਕੀਤੀ ਸੈਕਿੰਡ ਮੈਂ ਪੰਜਾਬੀ ਫਿਲਮ ਕੀਤੀ ਜਿਹਦਾ ਨਾਮ ਬਦਲਾ ਜੱਟੀ ਦਾ ਬਦਲਾ ਜੱਟੀ ਦਾ ਇਹਦੇ ਡਾਇਰੈਕਟਰ ਕੌਣ ਸੀ ਇਹਦੇ ਡਾਇਰੈਕਟਰ ਸੀ ਰਵੀ ਜੀ ਰਵੀ ਅੱਛਾ ਰਵਿੰਦਰ ਰਵੀ ਰਵਿੰਦਰ ਰਵੀ ਹਾਂ ਜੀ ਔਰ ਗੁੱਗੂ ਗਿੱਲੇ ਦੇ ਹੀਰੋ ਸੀ ਯੋਗਰਾਜ ਮੇਰੇ ਫਾਦਰ ਬਣੇ ਸੀ ਉਹ ਵਿਲਨ ਸੀ ਹਾਂ ਜੀ ਔਰ ਇਹ ਫਿਲਮ ਜਿੱਦਾਂ ਪੰਜਾਬੀਆਂ ਨੂੰ ਸਾਰਿਆਂ ਨੂੰ ਪਤਾ ਹੈ ਕਾਫੀ ਹਿੱਟ ਹੋਈ ਫਿਰ ਇੱਕ ਮੈਂ ਗੁਜਰਾਤੀ ਫਿਲਮ ਕੀਤੀ ਅਹਮਦਾਬਾਦ ਨੂੰ ਰਿਕਸ਼ਾ ਵਾਲੋ ਕੇਸੀ ਬੁਕਾੜੀਆ ਜੀ ਦੀ ਫਿਲਮ ਸੀ ਉਹ ਬਹੁਤ ਹਿੱਟ ਹੋਈ ਹਾਂ ਹਾਂ ਉਸ ਤੋਂ ਬਾਅਦ ਮੈਨੂੰ ਜਿਹੜੀ 4th ਫਿਲਮ ਸੀ ਉਹ ਹਿੰਦੀ ਫਿਲਮ ਮਿਲੀ ਉਹ ਇੱਕ ਉਹਦੇ ਵਿੱਚ ਮੇਰਾ ਡਬਲ ਰੋਲ ਸੀ ਡਾਕੂ ਔਰ ਇੰਸਪੈਕਟਰ ਦਾ ਉਹਦਾ ਨਾਮ ਸੀ ਰਾਮਵਤੀ ਅੱਛਾ ਔਰ ਉਹ ਐਕਸ਼ਨ ਫਿਲਮ ਸੀਗੀ ਉਸ ਤੋਂ ਬਾਅਦ ਔਰ ਉਹ ਫਿਲਮ ਵੀ ਚੱਲੀ ਹੂੰ ਮਤਲਬ ਮੇਰੀਆਂ ਚਾਰ ਫਿਲਮਾਂ ਰਿਲੀਜ਼ ਹੋਈਆਂ ਚਾਰੋਂ ਫਿਲਮਾਂ ਬਹੁਤ ਚੱਲੀਆਂ ਔਰ ਉਸ ਤੋਂ ਬਾਅਦ ਤਾਂ ਲੋਕਾਂ ਨੇ ਮੈਨੂੰ ਲੇਡੀ ਅਮੀਤਾਬ ਕਹਿਣਾ ਸ਼ੁਰੂ ਕਰਤਾ ਕਿਉਂਕਿ ਮੈਂ ਐਕਸ਼ਨ ਫਿਲਮਾਂ ਇੰਨੀਆਂ ਜ਼ਿਆਦਾ ਮੇਰੇ ਕੋ ਹੋ ਗਈਆਂ ਤੇ ਇਹਦੇ ਵਿੱਚ ਤੇ ਐਕਸ਼ਨ ਵੀ ਕੀਤਾ ਹੋਣਾ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਸਿੱਖਣਾ ਪਿਆ ਅ ਨਹੀਂ ਮੈਂ ਜਦੋਂ ਫਸਟ ਟਾਈਮ ਗਈ ਮੈਨੂੰ ਐਕਸ਼ਨ ਵੈਕਸ਼ਨ ਕੁਝ ਪਤਾ ਨਹੀਂ ਔਰ ਸਾਰੇ ਫਾਈਟਰਸ ਉਹ ਕੋਈ ਬਹੁਤ ਵੱਡੀ ਫਿਲਮ ਨਹੀਂ ਸੀ ਉਹ ਫਾਈਟਰਸ ਐਸੋ ਕੰਦਰ ਜੀ ਤੁਸੀਂ ਮੁੱਕਾ ਮਾਰਨਾ ਹੈ ਔਰ ਇਹ ਕਰਨਾ ਕਿਉਂਕਿ ਮੈਂ ਉਹਦੇ ਚ ਇਨਸਪੈਕਟਰ ਔਰ ਡਾਕੂ ਸੀ ਹਾਂਜੀ ਤਾਂ ਮੈਂ ਫਰਸਟ ਡੇ ਜਦੋਂ ਫਾਈਟ ਕੀਤੀ ਮੈਂ ਤਾਂ ਮੈਂ ਤਿੰਨ ਫਾਈਟਸ ਇੱਕ ਦਿਨ ਚ ਕੀਤੀਆਂ ਵਾਓ ਔਰ ਉਹ ਸਾਰੇ ਕਿੰਨੇ ਕਿੰਨੇ ਮਤਲਬ 8 8 10 10 ਗੁੰਡੇ ਮੈਨੂੰ ਮਾਰਨ ਆ ਰਹੇ ਔਰ ਮੈਂ ਉਹਨਾਂ ਨੂੰ ਮਾਰ ਰਹੀ ਹਾਂ ਪਰ ਮੈਨੂੰ ਜਿੱਦਾਂ ਤੁਹਾਨੂੰ ਮੈਂ ਦੱਸਿਆ ਮੈਨੂੰ ਬਹੁਤ ਸ਼ੌਕ ਸੀ ਚੀਜ਼ਾਂ ਨੂੰ ਸਿੱਖਣ ਦਾ ਔਰ ਮੈਂ ਬਹੁਤ ਜਲਦੀ ਜਿੱਦਾਂ ਮੈਂ ਹਾਰਸ ਰਾਈਡਿੰਗ ਕਦੀ ਨਹੀਂ ਸਿੱਖੀ ਔਰ ਮੈਂ ਇੱਕ ਹੀ ਦਿਨ ਹORS RIDING ਸਿੱਖੀ ਜਿਹੜਾ ਕਿ ਮਤਲਬ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਘੋੜੇ ਤੇ ਬੈਠ ਜਾਓ ਤੁਹਾਨੂੰ ਹORS RIDING ਆਉਂਦੀ ਮੈਂ ਕਿਹਾ ਨਹੀਂ ਆਉਂਦੀ ਕਹਿੰਦੇ ਥੋੜਾ ਜਿਹਾ ਚਲਾਉਂਗੇ ਤੁਹਾਨੂੰ ਆ ਜਾਊਗੀ ਪਹਿਲੀ ਵਾਰ ਘੋੜਾ ਨੱਠਿਆ ਮੈਨੂੰ ਬਹੁਤ ਡਰ ਲੱਗਾ ਮੈਂ ਚੀਕਾਂ ਮਾਰੀਆਂ ਬਚਾਓ ਬਚਾਓ ਕਰਕੇ ਪਰ ਉਸ ਤੋਂ ਬਾਅਦ ਮਤਲਬ ਮੈਂ ਉਸੇ ਦਿਨ ਰਾਈਡਿੰਗ ਦੇ ਕਿੰਨੇ ਸ਼ਾਰਟਸ ਦਿੱਤੇ ਮੈਂ ਮੈਂ ਬਹੁਤ ਜਲਦੀ ਸ਼ਾਇਦ ਚੀਜ਼ਾਂ ਨੂੰ ਮਤਲਬ ਜਿਹੜੀਆਂ ਮੈਨੂੰ ਸ਼ੌਕ ਹੋਵੇ ਕਈ ਚੀਜ਼ਾਂ ਮੈਂ ਨਹੀਂ ਸਿੱਖਦੀ ਕਦੀ ਵੀ ਪਰ ਜਿੱਦਾਂ ਮੈਨੂੰ ਖਾਣਾ ਬਣਾਉਣਾ ਅਜ ਤੱਕ ਨਹੀਂ ਆਉਂਦਾ ਔਰ ਮੈਨੂੰ ਸਿੱਖੰਦਾ ਸ਼ੌਕ ਨਹੀਂ ਪਰ ਕਈ ਚੀਜ਼ਾਂ ਜਿੱਦਾਂ ਹORS RIDING ਜਾਂ ਕਈ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਡਿਫਿਕਲ ਲੱਗਦੀਆਂ ਉਹਨੂੰ ਸ਼ਾਇਦ ਮੈਂ ਇੱਕ ਇੱਕ ਦਿਨ ਚ ਵੀ ਸਿੱਖ ਲਈਆਂ ਇਹ ਖਾਣਾ ਬਣਾਉਣਾ ਤਾਂ ਵੈਸੇ ਕਹਿੰਦੇ ਹੁੰਦੇ ਆ ਇੱਕ ਲੇਡੀ ਦਾ ਸ਼ੌਕ ਹੁੰਦਾ ਕਿ ਤੇ ਸਾਨੂੰ ਤੁਸੀਂ ਇਸ ਕਰਕੇ ਤਾਂ ਨਹੀਂ ਕਹਿ ਰਹੇ ਕਿ ਜੇ ਅਸੀਂ ਗਲਤੀ ਨਾਲ ਤੁਹਾਡੇ ਘਰ ਆ ਜਾਈਏ ਤੇ ਤੁਹਾਨੂੰ ਖਾਣਾ ਬਣਾਉਣਾ ਪਏ ਪਹਿਲਾਂ ਹੀ ਦੱਸ ਦਿੱਤਾ ਵੀ ਨਾ ਆਇਓ ਮੈਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਨਹੀਂ ਨਹੀਂ ਖਾਣਾ ਤੁਹਾਨੂੰ ਮਿਲੇਗਾ ਕਿਉਂਕਿ ਮੇਰੀ ਮਦਰ ਬਹੁਤ ਅੱਛਾ ਖਾਣਾ ਬਣਾਉਂਦੇ ਆਂ ਅੱਛਾ আর ਖਾਣਾ ਬਣਾਣ ਲਿਖਾ ਛੇ ਖਾਣਾ ਬਣਾਉਣ ਵਾਲੇ ਉਪਾਸਨਾ ਜੀ ਜੇ ਮੈਂ ਤੁਸੀਂ ਹਿੰਦੀ ਫਿਲਮਾਂ ਵੀ ਕੀਤੀਆਂ ਪੰਜਾਬੀ ਵੀ ਰਾਜਸਥਾਨੀ ਤੁਹਾਨੂੰ ਕੁਝ ਫਰਕ ਲੱਗਿਆ ਤਿੰਨਾਂ ਫਿਲਮਾਂ ਦੇ ਕਰਨ ਦੇ ਕੀ ਮਹਿਸੂਸ ਹੋਇਆ ਤੁਹਾਨੂੰ ਆ ਫਿਲਮਾਂ ਦਾ ਕੀ ਹੈ ਕਿ origignal ਫਿਲਮਸ ਦਾ ਬਜਟ ਘੱਟ ਹੁੰਦਾ ਹੈ 1 ਕਿ ਦਿਨ ਚ ਕਾਫੀ ਕਾਫੀ ਸੀਨਸ ਕਰਨੇ ਪੈਂਦੇ ਆ ਜੀ ਜੀ ਪਰ ਹਿੰਦੀ ਫਿਲਮਸ ਖੈਰ ਕਾਫੀ ਜ਼ਿਆਦਾ ਬਜਟ ਹੁੰਦਾ ਹੈ ਉਹਨਾਂ ਦਾ 1 ਦਿਨ ਚ ਇੱਕੋ ਹੀ ਸੀਨ ਹੁੰਦਾ ਹੈ ਜਾਂ ਦੋ ਹੀ ਸੀਨ ਹੁੰਦੇ ਆ ਜਾਂ ਕਦੀ ਸਿਰ ਦੋ ਸ਼ਾਟਸ ਹੁੰਦੇ ਆ ਬਜਟ ਦੀ ਗੱਲ ਹੁੰਦੀ ਹੈ ਔਰ ਫਿਰ ਹਿੰਦੀ ਫਿਲਮਾਂ ਉਹ ਫਿਲਮਾਂ ਜਿਹੜੀਆਂ ਕਿ ਸਾਰੇ ਲੋਕ ਦੇਖਦੇ ਆ ਜੀ ਔਰ ਪੰਜਾਬੀ ਫਿਲਮਾਂ ਯਾ origignal ਫਿਲਮਾਂ ਮੈਂ ਸਿਰ ਪੰਜਾਬੀ ਦੀ ਗੱਲ ਨਹੀਂ ਕਰ ਰਹੀ origignal ਫਿਲਮਸ ਦਾ ਇੱਕ ਏਰੀਆ ਹੈ ਲਿਮਟਿਡ ਉੱਥੇ ਹੀ ਉਹੀ ਲੋਕ ਦੇਖਦੇ ਆ ਜਿੱਦਾਂ ਗੁਜਰਾਤੀ ਗੁਜਰਾਤੀ ਦੇਖਣਗੇ ਰਾਜਸਥਾਨੀ ਰਾਜਸਥਾਨੀ ਮਾਰਵਾੜੀ ਫਿਲਮਾਂ ਉਹ ਤੇ ਚੱਲਣ ਗਿਆ ਪਰ ਹਿੰਦੀ ਕਿਹੜੀ ਲੈਂਗੁਏਜ ਹੈ ਜਿਹੜੀ ਸਾਰੀ ਜਗ੍ਹਾ ਦੇਖੀ ਜਾਂਦੀ ਹੈ ਤੁਸੀਂ ਇੰਨੇ ਡਾਇਰੈਕਟਰਸ ਨਾਲ ਕੰਮ ਕੀਤਾ ਹੈ ਹਿੰਦੀ ਵਿੱਚ ਵੀ ਪੰਜਾਬੀ ਵਿੱਚ ਵੀ ਈਵਨ ਸੀਰੀਅਲ ਵਿੱਚ ਤੁਹਾਨੂੰ ਦੀ ਬੈਸਟ ਕੌਣ ਲੱਗਿਆ ਖੈਰ ਮੇਰੇ ਨਾਲ ਸਾਰੇ ਲੋਕ ਬੜੇ ਅੱਛੇ ਰਹੇ ਮੈਂ ਬੜਦੇ ਤੋਂ ਬੜੇ ਡਾਇਰੈਕਟਰਸ ਦੇ ਨਾਲ ਵੀ ਕੰਮ ਕੀਤਾ ਪਰ ਮੈਨੂੰ ਉਹਨਾਂ ਨਾਲ ਕੰਮ ਕਰਦੇ ਕਦੀ ਇਦਾਂ ਨਹੀਂ ਮਹਿਸੂਸ ਹੋਇਆ ਕਿ ਮੈਂ ਨਵੀਂ ਹਾਂ ਜਿੱਦਾਂ ਮੈਂ ਜਦੋਂ ਇੰਡਸਟਰੀ ਚ ਆਈ ਸੀ ਮੈਂ ਡੇਵਿਡ ਘਵਰ ਨਾਲ ਕੰਮ ਕੀਤਾ ਮੈਂ ਰਾਜ ਕੰਵਰਨਲ ਕੰਮ ਕੀਤਾ ਔਰ ਹੁਣ ਮੈਂ ਪ੍ਰੀਤਦਰਸ਼ਨ ਜੀ ਨਾਲ ਵੀ ਕੰਮ ਕੀਤਾ ਉਹਨਾਂ ਨਾਲ ਕੰਮ ਕਰਕੇ ਵੀ ਮੈਨੂੰ ਬਹੁਤ ਅੱਛਾ ਲੱਗਾ ਜੀ ਔਰ ਮੇਰੇ ਵੱਲੋਂ ਹਰ ਡਾਇਰੈਕਟਰ ਮੈਨ ਮੇਰਾ ਫੇਵਰੇਟ ਹੈ ਜਿਨੇ ਮੈਨੂੰ ਕੰਮ ਦਿੱਤਾ ਔਰ ਮੈਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉਹਨਾਂ ਦੇ ਜਿਨ੍ਹਾਂ ਨੇ ਮਤਲਬ ਮੇਰੇ ਤੇ ਇਨਾ ਫੇਥ ਕੀਤਾ ਕਿ ਇੱਕ ਨਵੇਂ ਲੜਕੀ ਜਿਹੜੀ ਆਈ ਹੈਗੀ ਹੈ ਉਹ ਅੱਛਾ ਕੰਮ ਕਰ ਸਕੇਗੀ ਯਾ ਪਹਿਲਾਂ ਤਾਂ ਕੁਝ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਪਰ ਮੇਰੇ ਲਈ ਮੈਂ ਜਿੰਨੇ ਲੋਕਾਂ ਨਾਲ ਕੰਮ ਕੀਤਾ ਉਹ ਮੇਰੇ ਲਈ ਬੈਸਟ ਹੈ ਬਹੁਤ ਚਲਾਕ ਮੈਂ ਕਿਹਾ ਨਾ ਹੁਸ਼ਿਆਰਪੁਰ ਦੇ ਚ ਹੁਸ਼ਿਆਰ ਹੁੰਦੇ ਆ ਆਪਣੇ ਆਪ ਨੂੰ ਬਚਾ ਗਏ ਨਹੀਂ ਪਰ ਇਹ ਸੱਚਾਈ ਹੈ ਤੇ ਤੁਹਾਨੂੰ ਡਾਇਰੈਕਟਰਸ ਦੇ ਕੰਮ ਕਰਨ ਦਾ ਵੀ ਫਰਕ ਲੱਗਿਆ ਹੋਣਾ ਕਿਉਂਕਿ ਪੰਜ ਹਿੰਦੀ ਫਿਲਮ ਦੇ ਦਿਨ ਚ ਲਿਮਟਿਡ ਸ਼ਾਟਸ ਲਿਮਟਿਡ ਸੀਨਸ ਲੈਂਦੇ ਨੇ ਤੇ ਰਿਜਨਲ ਫਿਲਮਾਂ ਚ ਬਟ ਨੇਚਰਲ ਸੀਨਸ ਵੀ ਜ਼ਿਆਦਾ ਕਰਨੇ ਪੈਂਦੇ ਨੇ ਹਾਂ ਇਹ ਤਾਂ ਹੈ ਪਰ ਰਿਜਨਲ ਫਿਲਮਾਂ ਚ ਮੈਨੂੰ ਬਹੁਤ ਅੱਛੇ ਰੋਲਸ ਆਫਰ ਹੋਏ ਜਿੱਦ ਵਿੱਚ ਮੈਨੂੰ ਕਈ ਕੁਝ ਕਰਨ ਨੂੰ ਸੀ ਜਿੱਦਾਂ ਕਈ ਹੀਰੋਇਨ ਓਰੀਐਂਟਡ ਫਿਲਮਾਂ ਸੀ ਜਿਹੜੀਆਂ ਮੈਨੂੰ ਹਿੰਦੀ 'ਚ ਪਹਿਲਾਂ ਸਟਾਰਟਿੰਗ 'ਚ ਮਿਲੀਆਂ ਪਰ ਹੁਣ ਜਿੱਦਾਂ ਮੈਂ ਕਾਮੇਡੀ ਫਿਲਮਸ ਕਰ ਰਹੀ ਹਾਂ ਜ਼ਿਆਦਾ ਕਾਮੇਡੀ ਰੋਲਸ ਮਿਸ ਜੁਦਾਈ ਤੋਂ ਬਾਅਦ ਲੋਫਰ ਹੰਗਾਮਾ ਹਲਚਲ ਮੇਰੇ ਸੇ ਸ਼ਾਦੀ ਕਰੋਗੀ ਮਤਲਬ ਤਕਰੀਬਨ ਕਾਮੇਡੀ ਰੋਲਸ ਪਰ ਜਿਹੜੀਆਂ ਮੇਰੀਆਂ ਰਾਜਸਥਾਨੀ ਫਿਲਮਾਂ ਆ ਉਹਦੇ 'ਚ ਮੈਂ ਬੜੇ ਇਮੋਸ਼ਨਲ ਰੋਲਸ ਕੀਤੇ ਹਨ ਔਰ ਮੈਂ ਉਹਦੇ 'ਚ ਨੈਗੇਟਿਵ ਰੋਲਸ ਵੀ ਕਰ ਰਹੀ ਹਾਂ ਜਿੱਦਾਂ ਹੁਣ ਮੇਰੀਆਂ ਬੋਜਪੂਰੀ ਫਿਲਮਾਂ ਜਿਵੇਂ 11 ਫਲੋਰ ਤੇ ਹਨ ਔਰ ਉਹਨਾਂ 'ਚ ਤਿੰ ਜਿੰਦਾ ਬਿੰਦੂ ਜੀ ਕਰਦੇ ਸੀਗੇ ਕਿਆ ਬਾਤ ਏਦਾਂ ਦੇ ਰੋਲ ਵੀ ਕਰ ਰਹੀ ਹੈ ਤਾਂ ਮੈਨੂੰ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਕਿਉਂਕਿ ਮੈਂ ਇੰਡਸਟਰੀ ਚੇਸ ਕਰਕੇ ਨਹੀਂ ਗਈ ਸੀ ਕਿ ਮੈਨੂੰ ਹੀਰੋਇਨ ਬੰਨਾ ਹੈ ਹਾਂਜੀ ਸ਼ਾਇਦ ਉਸ ਟਾਈਮ ਮੈਨੂੰ ਕੋਈ ਭੈਣ ਦਾ ਵੀ ਰੋਲ ਦਿੰਦਾ ਤਾਂ ਮੈਂ ਕਰ ਲੈਂਦੀ ਕਿਉਂਕਿ ਮੇਰੇ ਦਿਮਾਗ 'ਚ ਇਹ ਨਹੀਂ ਸੀ ਕਿ ਮੈਂ ਹੀਰੋਇਨ ਦਾ ਹੀ ਰੋਲ ਕਰੂੰਗੀ ਜੀ ਪਰ ਉਹ ਅਚਾਨਕ ਮੈਨੂੰ ਮਿਲ ਗਿਆ ਔਰ ਉਹ ਅਚਾਨਕ ਚੱਲ ਗਈਆਂ ਔਰ ਮੈਨੂੰ ਹੀ ਰੋਇੰਦ ਰੋਲ ਪਰ ਮੇਰੇ ਹਮੇਸ਼ਾ ਇਹ ਮੈਨੂੰ ਰਿਆ ਕਿ ਮੈਂ ਡਿਫਰੈਂਟ ਰੂਲਸ ਕਰਾਂ ਔਰ ਮੈਂ ਦਿਖਾਵਾਂ ਕਿ ਉਪਾਸਨਾ ਹਸਾ ਵੀ ਸਕਦੀ ਹੈ ਉਪਾਸਨਾ ਰੁਲਾ ਵੀ ਸਕਦੀ ਹੈ ਔਰ ਉਪਾਸਨਾ ਐਕਸ਼ਨ ਵੀ ਅੱਛਾ ਕਰ ਸਕਦੀ ਹੈ ਮੀਨਸ ਔਰ ਕਿਉਂਕਿ ਇਦਾਂ ਹੁੰਦਾ ਕਿ ਐਕਟਰ ਨੂੰ ਇੱਕ ਚੀਜ਼ 'ਚ ਬੰਦ ਦਿੱਤਾ ਜਾਂਦਾ ਤੁਸੀਂ ਜੇ ਕਾਮੇਡੀ ਕਰਦੇ ਹੋ ਤੁਹਾਨੂੰ ਉੱਤ 'ਚ ਬੰਦ ਦਿੱਤਾ ਜਾਂਦਾ ਕਿ ਨਹੀਂ ਤੁਸੀਂ ਤਾਂ ਕਾਮੇਡੀ ਕਰ ਸਕਦੇ ਹੋ ਤੁਸੀਂ ਇਮੋਸ਼ਨਲ ਕਰਦੇ ਹੋ ਤੁਹਾਨੂੰ ਕਿੰਦਰ ਨਹੀਂ ਨਹੀਂ ਇਹ ਤਾਂ ਰੋਣਾ ਧੋਣਾ ਕਰ ਸਕਦੀ ਪਰ ਮੈਨੂੰ ਇਦਾਂ ਨਹੀਂ ਹੈ ਮੈਂ ਤਾਂ ਬਹੁਤ ਤਰ੍ਹਾਂ ਦੇ ਰੂਲਸ ਕਰ ਲਏ ਯਾਨੀ ਕਿ ਉਪਾਸਨਾ ਵਰਸਟਾਈਲ ਆਰਟਿਸਟ ਬਨ ਗਈ ਹੈ ਨਹੀਂ ਐਦਾਂ ਤਾਂ ਮੈਂ ਨਹੀਂ ਕਹੂੰਗੀ ਸ਼ਿਵਿੰਦਰ ਜੀ ਕਿਉਂਕਿ ਮੈਂ ਨਹੀਂ ਮੰਨਦੀ ਕਿ ਮੈਂ ਬਹੁਤ ਗ੍ਰੇਟ ਐਕਟਰਸ ਐ ਜਾਂ ਕਿਦਾਂ ਅੱਜ ਵੀ ਮੈਨੂੰ ਲੱਗਦਾ ਹੈ ਕਿ ਮੈਂ ਸ਼ਾਇਦ ਮੈਨੂੰ ਬਹੁਤ ਕੁਝ ਸਿੱਖਣਾ ਬਾਕੀ ਹੈ ਬੇਸ਼ੱਕ ਔਰ ਮੈਂ ਆਪਣਾ ਹਰ ਸ਼ਾਟ ਐਦਾਂ ਦਿੰਨੀ ਐ ਕਿ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਪਿਛਲਾ ਸ਼ਾਟ ਅੱਛਾ ਨਹੀਂ ਦਿੱਤਾ ਹੂੰ ਮੈਂ ਬੈਟਰ ਕਰਾਂ ਅੱਛਾ ਮਤਲਬ ਅੱਜ ਵੀ ਮੇਰੇ ਚ ਉਨੀ ਇੱਛਾ ਔਰ ਉਨੀ ਖੁਆਇਸ਼ ਐ ਅੱਛਾ ਕੰਮ ਕਰਨ ਦੀ ਜਿਹੜੀ ਕਿ ਜਦੋਂ ਮੈਂ ਇੰਡਸਟਰੀ ਚ ਕਦਮ ਰੱਖਿਆ ਸੀ ਇਹ ਪਹਿਲਾ ਸੀ ਅੱਜ ਵੀ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਕੁਝ ਸਿੱਖਣਾ ਬਾਕੀ ਹੈ ਉਪਾਸਨਾ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਤੁਹਾਡੇ ਹੁਸ਼ਿਆਰਪੁਰ ਦੇ ਕਹਿੰਦੇ ਹੁੰਦੇ ਸੀ ਕਿ ਏ ਵੀ ਹੀਰੋਇਨ ਬਣੇਗੀ ਫਿਰ ਤੁਸੀਂ ਸਭ ਬਣਨ ਤੋਂ ਬਾਅਦ ਜਦੋਂ ਵਾਪਸ ਹੁਸ਼ਿਆਰਪੁਰ ਗਏ ਤੇ ਉਹਨਾਂ ਦਾ ਕੀ ਰਿਐਕਸ਼ਨ ਸੀ ਮੈਂ ਤਾਂ ਬਹੁਤ ਲੋਕਾਂ ਨੂੰ ਹੁਣ ਜਦੋਂ ਹੁਸ਼ਿਆਰਪੁਰ ਜਾਣੀ ਸ਼ਾਇਦ ਮੈਨੂੰ ਮਿਲਣ ਦਾ ਵੀ ਟਾਈਮ ਨਹੀਂ ਮਿਲਦਾ ਮੈਂ ਬਹੁਤ ਘਟ ਗਈ ਹੁਸ਼ਿਆਰਪੁਰ ਪਰ ਹੁਣ ਸਾਰੇ ਲੋਕ ਇਹ ਕਹਿੰਦੇ ਕਿ ਉਸ ਦਾ ਪਹਿਲਾਂ ਹੀ ਜਾਂ ਤੁਸੀਂ ਪਾਸ ਐਕਟਰਸ ਬਣੂਗੀ اچھا ਮੁਕਰਗੇ ਮਤਲਬ ਕਿ ਸੰਤ ਪਹਿਲੇ ਕਿ ਤੁਸੀਂ ਸਾਡੀ ਕੁੜੀ ਨੇ ਤਾਂ ਇੱਕ ਦਿਨ ਬਹੁਤ ਕਮਾਲ ਕਰ ਦੇਣਾ ਹੈ ਔਰ ਇਹਨਾਂ ਐਕਟਰਸ ਬਣ ਜਾਣਾ ਹੈ ਔਰ ਫਿਲਮਾਂ 'ਚ ਕੰਮ ਕਰੇਗੀ ਜੀ ਪਰ ਹੁਣ ਇਸ ਟਾਈਮ ਤਾਂ ਕੋਈ ਨਹੀਂ ਕਹਿੰਦਾ ਪਰ ਮੇਰੀ ਮਦਰ ਨੂੰ ਇਹ ਬਹੁਤ ਅੱਛਾ ਫੀਲ ਹੋਇਆ ਜਦੋਂ ਮੰਮੀ ਜਾਂਦੇ ਸੀ ਸਟਾਰਟਿੰਗ 'ਚ ਮੰਮੀ ਜਿੱਦਾਂ ਨਿਊਜ਼ਪੇਪਰ ਲੈ ਕੇ ਜਾਂਦੇ ਹੁੰਦੇ ਸੀ ਜਿੱਚ ਮੇਰੀ ਫੋਟੋ ਛਾਪਦੀ ਹੁੰਦੀ ਸੀ ਮਤਲਬ ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਮੇਰੀ ਲੜਕੀ ਦੀ ਫੋਟੋ ਨਿਊਜ਼ਪੇਪਰ ਚ ਆਈ ਹੈ ਜਾਂ ਮੇਰੀ ਲੜਕੀ ਦੀ ਫਿਲਮ ਲੱਗੀ ਹੈ ਤਾਂ ਉਹ ਫਿਲਮ ਇਨਫੋਰਮੇਸ਼ਨਸ ਸਭ ਇਕੱਠੀਆਂ ਕਰਕੇ ਲੋਕਾਂ ਨੂੰ ਦਿਖਾਉਣ ਲਈ ਲੈ ਜਾਂਦੇ ਸੀ ਹੁਣ ਤਾਂ ਖੈਰ ਮੰਮੀ ਉਹ ਦੇਖਦੇ ਵੀ ਨਹੀਂ ਕਈ ਵਾਰ ਤਾਂ ਕਾਰੀ ਮੈਗਜ਼ੀਨਸ ਪਈਆਂ ਰਹਿੰਦੀਆਂ ਮੰਮੀ ਨੂੰ ਹੁਣ ਫਰਕ ਨਹੀਂ ਪੈਂਦਾ ਪਰ ਮੈਨੂੰ ਮੰਮੀ ਦੀ ਜਿਹੜੀ ਉਹ ਸੈਟੀਸਫੈਕਸ਼ਨ ਔਰ ਮੰਮੀ ਜਿਹੜਾ ਮੈਨੂੰ ਉਤ ਬਾਅਦ ਆ ਕੇ ਦੱਸੇ ਸੀ ਕਿ ਮੈਂ ਉਹਨੂੰ ਦਿਖਾਇਆ ਉਹ ਕਹਿੰਦਾ ਹਾਂ ਔਰ ਮੰਮੀ ਜਿਹੜੇ ਰੀਐਕਸ਼ਨਸ ਦੱਸਦੇ ਸੀ ਉਹ ਮੈਨੂੰ ਹਮੇਸ਼ਾ ਅੱਛੇ ਲੱਗੇ ਔਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਮੇਰੇ ਪੇਰੈਂਟਸ ਔਰ ਮੇਰੀ ਸਿਸਟਰ ਖੁਸ਼ ਹੁੰਦੇ ਉਪਾਸਨਾ ਜੀ ਹਾਂਜੀ ਤੁਹਾਡਾ ਵਿਆਹ ਹੋ ਗਿਆ ਵੈਸੇ ਮੇਰਾ ਕੋਈ ਮਤਲਬ ਨਹੀਂ ਕੋਈ ਹੋਰ ਮਤਲਬ ਨਹੀਂ ਹੈ ਤੁਹਾਨੂੰ ਨਹੀਂ ਪਤਾ ਨਹੀਂ ਮੈਂ ਜਾਨਣਾ ਚਾਹੁੰਦਾ ਮੈਨੂੰ ਜੇ ਪਤਾ ਵੀ ਹੋਏਗਾ ਤੇ ਮੈਂ ਤੁਹਾਡੇ ਮੂੰਹੋਂ ਜਾਨਣਾ ਚਾਹਾਂਗਾ ਕਿਉਂਕਿ ਸਾਡੇ ਦਰਸ਼ਕ ਇਸ ਵਕਤ ਤੁਹਾਨੂੰ ਦੇ ਕਰਵਾਣਾ ਤਾਂ ਪੜਾ ਲੱਗ ਜਾਏ ਮੇਰੇ ਦਰਸ਼ਕਾਂ ਨੂੰ ਪਤਾ ਹੈ ਕਿ ਮੇਰਾ ਵਿਆਹ ਨਹੀਂ ਹੋਇਆ ਇਸੇ ਕਦੋਂ ਤੱਕ ਕਰਾਉਣ ਦਾ ਵਿਚਾਰ ਹੈ ਮੈਨੂੰ ਨਹੀਂ ਪਤਾ ਸ਼ਿਵਿੰਦਰ ਜੀ ਮੈਨੂੰ ਇਦਾਂ ਲੱਗਦਾ ਹੈ ਕਿ ਵਿਆਹ ਇਸ ਕਰਕੇ ਨਹੀਂ ਕਰਾਉਣਾ ਚਾਹੀਦਾ ਕਿ ਤੁਹਾਡੀ ਉਮਰ ਹੋ ਗਈ ਹੈ ਕਿ ਤੁਹਾਨੂੰ ਵਿਆਹ ਕਰਾਉਣਾ ਚਾਹੀਦਾ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਮੈਨੂੰ ਸਮਝ ਸਕੇ ਮੇਰੇ profession ਨੂੰ ਸਮਝ ਸਕੇ ਔਰ ਮੇਰੇ ਪੇਰੈਂਟਸ ਨੂੰ ਨਾਲ ਪਿਆਰ ਕਰ ਸਕੇ ਜਿੰਨਾ ਮੈਂ ਉਹਨਾਂ ਨੂੰ ਕਰਦੀ ਹਾਂ ਜੇ ਕਦੀ ਮੈਨੂੰ ਜ਼ਿੰਦਗੀ ਚ ਐਸਾ ਇਨਸਾਨ ਮਿਲਿਆ ਤਮੈਂ ਡੈਫੀਨੇਟਲੀ ਸ਼ਾਦੀ ਕਰੂੰਗੀ ਆਦਰਵਾਇਜ਼ ਨਹੀਂ ਕਰਾਂ ਆਦਰਵਾਇਜ਼ ਮੈਂ ਇਤਨਾ ਖੁਸ਼ ਹਾਂ ਉਪਾਸਨਾ ਜੀ ਹੁਣ ਤਾਂ ਸਾਡੇ ਦਰਸ਼ਕ ਵੀ ਚਾਹੁੰਦੇ ਨੇ ਕਿ ਤੁਸੀਂ ਇੱਕ ਤੋਂ ਦੋ ਬਣ ਜਾਓ ਉਹਨਾਂ ਨੂੰ ਜ਼ਿਆਦਾ ਇੰਤਜ਼ਾਰ ਨਾ ਕਰੋ ਇਹ ਪਰਮਾਤਮਾ ਨੂੰ ਪਤਾ ਹੈ ਉਪਾਸਨਾ ਜੀ ਵੈਸੇ ਤਾਂ ਹਰ ਇੱਕ ਨੂੰ ਜ਼ਿੰਦਗੀ ਦੇ ਵਿੱਚ ਜਿਹਦਾ ਨਾਂ ਹੈ ਜਿਨੇ ਇੰਨਾ ਕੰਮ ਕੀਤਾ ਐਡਾ ਵੱਡਾ ਸਟਾਰ ਹੋ ਗਿਆ ਹੈ ਉਹਨਾਂ ਨੂੰ ਮਾਨ ਸਨਮਾਨ ਬਹੁਤ ਮਿਲਦੇ ਨੇ ਦੇਸ਼ਾਂ ਵਿਦੇਸ਼ਾਂ 'ਚੋਂ ਤੁਹਾਨੂੰ ਵੀ ਬਹੁਤ ਮਿਲੇ ਹੋਣਗੇ ਉਹਨਾਂ ਵਿੱਚੋਂ ਤੁਹਾਡੇ ਦਿਲ ਨੂੰ ਕਿਸ ਸਨਮਾਨ ਨੇ ਟੁੰਬਿਆ ਮੈਨੂੰ ਇਸ ਟਾਈਮ ਕੋਈ ਐਸਾ ਸਨਮਾਨ ਯਾਦਿਆਂ ਦਾ ਖੈਰ ਮੈਨੂੰ ਮੈਨੂੰ ਉਹ ਮੂਮੈਂਟਸ ਯਾਦ ਹੈ ਜਦੋਂ ਮੇਰੀਆਂ ਫਿਲਮਾਂ ਬਹੁਤ ਹਿੱਟ ਹੋਈਆਂ ਔਰ ਮੈਂ ਸਟੇਜ ਤੇ ਗਈ ਔਰ ਲੋਕਾਂ ਨੇ ਮੈਨੂੰ ਹਾਰ ਪਵਾਏ ਔਰ ਮੈਨੂੰ ਉੱਥੇ ਜੋ ਐਵਾਰਡਸ ਦਿੱਤੇ ਗਏ ਜਿਹੜੀਆਂ ਮੇਰੀਆਂ ਫਿਲਮਾਂ ਹਿੱਟ ਹੋਈਆਂ ਤੇ ਬਾਕੀ ਮੈਨੂੰ ਕਾਫੀ ਐਵਾਰਡਸ ਮਿਲੇ ਜਿੱਦਾ ਮੈਨੂੰ ਹੁਣੀ ਬੋਜਪੂਰੀ ਦਾ ਐਵਾਰਡ ਮਿਲਿਆ ਸੀ ਜਿੱਦੇ ਚ ਬੈਸਟ 네ਗੇਟਿਵ ਐਕਟਰਸ ਐਵਾਰਡ ਸੀ ਜਾਂ ਮੈਂ ਕਈ ਐਵਾਰਡਸ ਮੈਨੂੰ ਮਿਲੇ ਲਾਈਫ ਚ ਪਰ ਜਿਹੜਾ ਐਵਾਰਡ ਮੈਂ ਤੁਹਾਨੂੰ ਦੱਸਿਆ ਕਿ ਮੈਂ ਲੈਣਾ ਚਾਹਨੀ ਹੂੰ ਮੈਨੂੰ ਅੱਜ ਤੱਕ ਨਹੀਂ ਔਰ ਮੈਂ ਸਿਰਫ ਉਦੀ ਖੁਆਇਸ਼ ਚ આજ ਤੱਕ ਕੰਮ ਕਰਦੀ ਜਾ ਰਹੀ ਹਾਂ। ਕੀ ਬਾਤ ਹੈ। ਉਪਾਸਨਾ ਜੀ ਹੁਣ ਸਾਨੂੰ ਖਾਸ ਕਰਕੇ ਸਾਡੇ ਦਰਸ਼ਕਾਂ ਨੂੰ ਕੋਈ ਜ਼ਿੰਦਗੀ ਦੀ ਕਹਿਮ ਕਟਨਾ ਜਿਹੜੀ ਤੁਹਾਨੂੰ ਅੱਜ ਵੀ ਯਾਦ ਹੈ ਉਹ ਸ਼ੇਅਰ ਕਰੋ। ਅਹ ਹਮ ਮੇਰੀ ਜ਼ਿੰਦਗੀ ਦੇ ਸਭ ਤੋਂ ਅੱਛੀ ਜਿਹੜੀ ਯਾਦ ਹੈ ਮੈਂ ਤੁਹਾਨੂੰ ਦੱਸਦੀ ਹਾਂ। ਜੀ ਮੈਂ ਇੱਕ ਫਿਲਮ ਦੀ ਸ਼ੂਟਿੰਗ ਕਰਕੇ ਆਈ ਸੀ ਔਰ ਮੇਰੀ ਦੀਦੀ ਉਦੋਂ ਪ੍ਰੈਗਨੈਂਟ ਸੀ। ਜੀ ਤੇ ਮੈਂ ਜਦੋਂ 에어ਪੋਰਟ ਤੋਂ ਉਤਰੀ ਔਰ ਮੈਨੂੰ ਨਿਊਜ਼ ਉਸ ਦਿਨ ਮਿਲੀ ਮਤਲਬ ਮੈਂ ਜਦੋਂ ਆਪਣੇ ਜੀਜਾ ਜੀ ਦੀ ਗੱਡੀ 'ਚ ਬੈਠੀ ਉਹਨਾਂ ਨੇ ਕਿਹਾ ਕਿ ਲక్ష్ਮੀ ਆਈ ਹੈ ਆਰ ਮੈਂ ਉੱਥੇ ਹੀ ਹਸਪੀਟਲ ਗਈ ਆਰ ਮੈਂ ਜਿਸ ਦਿਨ ਆਪਣੀ ਦੀਦੀ ਦੀ ਬੇਟੀ ਜਿਹਦਾ ਨਾਮ ਪਰਲ ਹੈ ਉਹਦਾ ਫੇਸ ਫਸਟ ਟਾਈਮ ਦੇਖਿਆ ਸੀ ਮੈਨੂੰ ਲੱਗਾ ਕਿ ਮੈਂ ਉਹ ਭੁੱਲੀ ਨਹੀਂ ਸਕਦੀ ਮਤਲਬ ਆਪਾਂ ਲਾਸਟ ਜਦੋਂ ਮੈਂ ਡੈੱਡ ਟ੍ਰਕ 'ਤੇ ਜਾਉਂਗੀ ਮਰਨ ਲਈ ਮਤਲਬ ਇੰਨੀ ਕਿਊਟ ਇੰਨੀ ਪਿਆਰੀ ਆਰ ਮੈਨੂੰ ਜਦੋਂ ਬੁਲਾਇਆ ਉਹਨੇ ਮੇਰੇ ਵੱਲ ਜੋ ਅੱਖਾਂ ਖੋਲ ਕੇ ਦੇਖਿਆ ਮੀਨਸ ਮੈਨੂੰ ਲੱਗਾ ਕਿ ਉਹ ਤੋਂ ਜ਼ਿਆਦਾ ਅੱਛਾ ਲਾਈਫ ਕੁਝ ਵੀ ਨਹੀਂ ਮੈਂ ਦੇਖ ਸਕਿਆ ਆਸ਼ਟਾ। ਉਪਾਸਨਾ ਜੀ ਹੁਣ ਅਸੀਂ ਦਿਲੋਂ ਹੀ ਕਹਿ ਰਹੇ ਹਾਂ ਕਿ ਤੁਹਾਡੇ ਨਾਲ ਤਾਂ ਗੱਲ ਕਰਨ ਨੂੰ ਬਹੁਤ ਦਿਲ ਕਰਦਾ ਹੈ। ਲੇਕਿਨ ਇੱਕ ਸੰਦੇਸ਼ ਦੋ ਗੱਲਾਂ ਸਾਡੇ ਦਰਸ਼ਕਾਂ ਨੂੰ ਉਹਨਾਂ ਮੁੰਡੇ ਕੁੜੀਆਂ ਨੂੰ ਜਿਹੜੇ ਫਿਲਮ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕਿਹੜੇ ਕਿਹੜੇ ਰਸਤਿਆਂ ਦਾ ਖਿਆਲ ਰੱਖ ਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖ ਕੇ ਤਿਆਰ ਹੋ ਕੇ ਇਸ ਲਾਈਨ ਦੇ ਵਿੱਚ ਆਉਣਾ ਚਾਹੀਦਾ ਹੈ ਉਹ ਉਹਨਾਂ ਨੂੰ ਜ਼ਰਾ ਦੱਸ ਦਿਓ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹਦੇ ਅੰਦਰ ਵੀ ਟੈਲੈਂਟ ਹੈ ਜਿਹਦੇ ਅੰਦਰ ਗੁਣ ਐਕਟਿੰਗ ਦਾ ਡਾਂਸ ਦਾ ਉਹਨੂੰ ਡੈਫੀਨਿਟਲੀ ਆਉਣਾ ਚਾਹੀਦਾ ਹੈ ਇਦਾਂ ਦੀ ਕੋਈ ਚੀਜ਼ ਨਹੀਂ ਜਿਹੜੀ ਤੁਹਾਨੂੰ ਰੋਕ ਸਕੇ ਬਸ ਤੁਹਾਡੇ ਛਿੰਮਤ ਹੋਣੀ ਚਾਹੀਦੀ ਹੈ ਤੁਹਾਡੇ ਚ ਲਗਨ ਹੋਣੀ ਚਾਹੀਦੀ ਹੈ ਆਪਣੇ ਕੰਮ ਲਈ ਔਰ ਜੇ ਕੋਈ ਇਨਸਾਨ ਨਹੀਂ ਦੇਖਦਾ ਕਿ ਮੈਂ ਫਿਜ਼ੀਕਲੀ ਬਹੁਤ ਅੱਛਾ ਹੈ ਮੇਰਾ ਫੇਸ ਬਹੁਤ ਅੱਛਾ ਹੈ ਮੈਂ ਬਹੁਤ ਗਲੈਮਰਸ ਦਿਖਦੀ ਹਾਂ ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਕਿਉਂਕਿ ਤਕਰੀਬਨ ਇੱਥੇ ਜਿੰਨੇ ਕੰਮ ਕਰਨ ਆਏ ਹੈ ਉਹ ਸਾਰੇ ਅੱਛੇ ਦਿਖ ਰਹੇ ਐ ਅੱਛੇ ਗਲੈਮਰਸ ਹੈ ਸਭ ਤੋਂ ਚੀਜ਼ ਜਿਹੜੀ ਮੇਨ ਹੈ ਉਹ ਹੈਗੀ ਤੁਹਾਡਾ ਟੈਲੈਂਟ ਤੇ ਤੁਹਾਨੂੰ ਉਹਦੇ ਲਈ ਮਿਹਨਤ ਕਰਨੀ ਚਾਹੀਦੀ ਐ ਤੁਹਾਨੂੰ ਐਕਟਿੰਗ ਐਕਟਿੰਗ ਇਨ ਬੋਨ ਹੁੰਦੀ ਐ ਤੁਹਾਡੇ ਅੰਦਰੋਂ ਐਕਟਿੰਗ ਪੈਦਾ ਹੁੰਦੀ ਐ ਇਹਨੇ ਤੁਹਾਡੇ ਅੰਦਰ ਹੀ ਹੁੰਦਾ ਐ ਪਰ ਉਹਨੂੰ ਨਿਖਾਰਨ ਲਈ ਤੁਹਾਨੂੰ ਕੰਮ ਕਰਨਾ ਚਾਹੀਦਾ ਜਿਵੇਂ ਕਿ ਅੱਛੀਆਂ ਅੱਛੀਆਂ ਕਲਾਸਿਸ ਹੈਗੀਆਂ ਐ ਉਹ ਤੁਸੀਂ ਜੁਆਇਨ ਕਰੋ ਡਾਂਸ ਕਲਾਸ ਜੁਆਇਨ ਕਰੋ ਤੁਸੀਂ ਰਾਈਡਿੰਗ ਸਿੱਖੋ ਤੁਸੀਂ ਅ ਸਵਿਮਿੰਗ ਸਿੱਖੋ ਤੁਹਾਨੂੰ ਇਸ ਫੀਲਡ ਚ ਹਰ ਚੀਜ਼ ਚ ਮਾਹਿਰ ਹੋਣਾ ਚਾਹੀਦਾ ਤਾਂ ਜਿੰਨੇ ਵੀ ਤੁਹਾਡੇ ਅੰਦਰ ਗੁਣ ਹੋਣਗੇ ਉਹਨਾਂ ਹੀ ਤੁਸੀਂ ਅੱਛੇ ਕਲਾਕਾਰ कहलाਓਗੇ ਔਰ ਪਰ ਮੈਂ ਇਹ ਕਹਿਣਾ ਜ਼ਰੂਰ ਇਨ ਇਨਾਂ ਜ਼ਰੂਰ ਕਹਿਣਾ ਚਾਹੂੰਗੀ ਕਿ ਲੋਕ ਸਿਰਫ ਇਹ ਹੀ ਨਾ ਸੁਚੇਨ ਕੀ ਅ ਅਸੀਂ ਪਤਾ ਨਹੀਂ ਬਾਨ ਪਾਵਾਂਗੇ ਜਾਂ ਨਹੀਂ ਜੇ ਤੁਸੀਂ ਹਿੰਮਤ ਕਰੋਗੇ ਤਾਂ ਡੈਫੀਨੇਟਲੀ ਮੈਂ ਵੀ ਬਹੁਤ ਛੋਟੀ ਜਿਹੀ ਜਗ੍ਹਾ ਤੋਂ ਬਿਲੋਂਗ ਕਰਦੀ ਹਾਂ ਔਰ ਅ ਮਤਲਬ ਕਿਸੇ ਛੋਟੀ ਜਿਹੀ ਜਗ੍ਹਾ ਤੇ ਤਾਂ ਮੈਂ ਵੀ ਹਾਂ ਤੇ ਤੁਸੀਂ ਵੀ ਜ਼ਰੂਰ ਕਰ ਸਕਦੇ ਆਂ ਔਰ ਮੇਰੀਆਂ ਬੈਸਟ ਵਿਸ਼ੀਜ਼ ਐ ਤੁਹਾਡੇ ਨਾਲ ਪਿਆਰੇ ਦਰਸ਼ਕੋ ਇਹ ਸਾਨੂੰ ਪਾਸਨਾ ਜੀ ਵਰਸਟਾਈਲ ਆਰਟਿਸਟ ਜਿਨ੍ਹਾਂ ਨਾਲ ਤੁਸੀਂ ਹੁਣੇ ਮੁਲਾਕਾਤ ਕੀਤੀ ਅਗਲੀ ਵਾਰੀ ਇੱਕ ਹੋਰ ਫਿਲਮੀ ਹਸਤੀ ਨੂੰ ਲੈ ਕੇ ਹਾਜ਼ਰ ਹੋ ਰਿਹਾ ਹਾਂ ਉਦੋਂ ਤੱਕ ਲਈ ਸ਼ਿਵਿੰਦਰ ਮਾਲ ਨੂੰ ਆਗਿਆ ਦਿਓ ਸ਼ਾਸਤਰੀਆ ਕਾਲ